इतना काफी नहीं है, दोनों कर लेना। ਲੈ ਭਾਈ ਠੀਕ ਹੈ ਸਰ ਠੀਕ ਹੈ ਜੀ ਤੇ ਤੁਸੀਂ ਕੈਨੇਡਾ ਤੋਂ ਆਏ ਹੋ ਹਾਂਜੀ ਜੋ ਜਾਣਕਾਰੀ ਵੋਟ ਪਾਉਣ ਦਾ ਹੱਕ ਤਾਂ ਸਾਰਿਆਂ ਨੂੰ ਹੁੰਦਾ ਹੈ ਰਾਈਟ ਸੋ ਜਿੰਨੇ ਵੀ ਜਣੇ ਹੈਗੇ ਆ ਪਹਿਲੀ ਗੱਲ ਤਾਂ ਸਭ ਨੂੰ ਆ ਕੇ ਵੋਟ ਪਾਉਣੀ ਚਾਹੀਦੀ ਆ ਬਿਕੋਜ਼ ਇਹ ਜਸਟ ਐਜ਼ ਅ ਸਿਟੀਜ਼ਨ ਆਪਣਾ ਰਾਈਟ ਹੁੰਦਾ ਹੈ ਪਲੱਸ ਇਹ ਮੇਰਾ ਫਰਸਟ ਟਾਈਮ ਐਕਸਪੀਰੀਅੰਸ ਸੀਗਾ ਮੈਂ ਫਰਸਟ ਟਾਈਮ ਪਾਈ ਆ ਸੋ ਬਹੁਤ ਅੱਛਾ ਲੱਗਾ ਤੁਹਾਨੂੰ ਕਿਸ ਤਰ੍ਹਾਂ ਮਹਿਸੂਸ ਹੋ ਰਿਹਾ ਕੈਨੇਡਾ ਤੋਂ ਤੁਸੀਂ ਵੋਟ ਪਾਉਣ ਆਏ ਇੱਥੇ ਹਾਂਜੀ ਐਕਚੁਅਲੀ ਕਹਿ ਸਕਦੇ ਮੈਂ ਆਪਣੀ ਫੈਮਿਲੀ ਨੂੰ ਮਿਲਣ ਆਈ ਸੀ ਕਾਫੀ ਇਅਰਸ ਬਾਅਦ ਸੋ ਇਨ ਬਿਟਵੀਨ ਵੋਟਸ ਵੀ ਆ ਗਿਆ ਤੇ ਮੈਨੂੰ ਅਪਰਚੁਨਿਟੀ ਮਿਲੀ ਸੋ ਵੈਲ ਐਂਡ ਗੁੱਡ ਲੱਗਿਆ ਕਿਹੋ ਜਿਹਾ ਉਮੀਦਵਾਰ ਚੁਣਨਾ ਚਾਹੀਦਾ ਲੋਕਾਂ ਨੂੰ ਇਦਾਂ ਦਾ ਹੀ ਹੋਣਾ ਚਾਹੀਦਾ ਜਿਹੜੀ ਆਪਣੀ ਰਿਸਪੋਂਸਿਬਿਲਿਟੀਜ਼ ਨੂੰ ਸਮਝ ਸਕੇ ਰਾਈਟ ਐਂਡ ਆਪਣੀਆਂ ਸਾਰੀਆਂ ਜਿਹੜੀਆਂ ਜੌਬਸ ਨੇ ਕੁਝ ਵੀ ਹੈ ਫੁੱਲਫਿਲ ਕਰ ਸਕੇ ਸਿਟੀਜ਼ਨਸ ਦੀ ਹੈਲਪ ਕਰ ਸਕੇ ਮੇਨ ਜਿਹੜੇ ਲੋਕ ਵੋਟ ਨਹੀਂ ਪਾਉਂਦੇ ਤੁਸੀਂ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਵੈਲ ਇਹ ਤਾਂ ਰਾਈਟ ਹੁੰਦਾ ਹੈ ਆਪਣਾ ਰਾਈਟ ਵੋਟ ਤਾਂ ਆਪਾਂ ਨੂੰ ਪਾਉਣੀ ਚਾਹੀਦੀ ਆ ਸੋ ਜੇ ਤੁਹਾਡੇ ਕੋਲ ਓਪਰਚੁਨਿਟੀ ਹੈਗੀ ਆ ਤਾਂ ਤੁਸੀਂ ਜ਼ਰੂਰ ਆ ਕੇ ਆਪਣਾ ਵੋਟ ਪਾਓ ਆਪਣੇ ਅਕੋਰਡਿੰਗ ਤੁਸੀਂ ਜਿਹਨਾਂ ਵੀ ਸਿਲੈਕਟ ਕਰਨਾ ਚਾਹੁੰਦੇ ਹੋ ਉਹਨੂੰ ਪਾ ਸਕਦੇ ਹੋ ਕਿਹੋ ਜਿਹਾ ਕੈਂਡੀਡੇਟ ਚੁਣਨਾ ਚਾਹੀਦਾ ਮੈਂ ਪਹਿਲੀ ਵਾਰ ਵੋਟ ਪਾ ਰਹੀ ਮੈਨੂੰ ਬਹੁਤ ਵਧੀਆ ਮਹਿਸੂਸ ਹੋ ਰਿਹਾਗਾ ਮੈਂ ਇਹੀ ਚਾਹੁੰਦਾ ਵੀ ਆਪਣਾ ਕੈਂਡੀਡੇਟ ਵਧੀਆ ਪੜਿਆ ਲਿਖਿਆ ਹੋਵੇ ਵਧੀਆ ਜੋ ਵੀ ਬੇਰੁਜ਼ਗਾਰੀ ਆ ਆਪਣੇ ਇੱਥੇ ਆਪਣੇ ਦੇਸ਼ 'ਚ ਉਹਨਾਂ ਨੂੰ ਵਧੀਆ ਕੰਮ ਕਰਨ ਲਈ ਬਸ ਇਹੀ ਅਸੀਂ ਚੁਣਨਾ ਚਾਹੁੰਦੇ ਹਾਂ ਵਧੀਆ ਆਪਦਾ ਕੈਂਡੀਡੇਟ ਹੋਵੇ ਨੌਜਵਾਨਾਂ ਨੂੰ ਕੀ ਸੁਨੇਹਾ ਦਿੰਦੇ ਨੌਜਵਾਨਾਂ ਨੂੰ ਮੈਂ ਇਹੀ ਸੁਨੇਹਾ ਦੇਣਾ ਚਾਹੁੰਦਾ ਵੀ ਉਹ ਆ ਕੇ ਆਪਦੇ ਵੋਟ 'ਚ ਯੋਗਦਾਨ ਦੇਣ ਵੋਟ ਪਾਉਣ ਤੇ ਵਧੀਆ ਆਪਦਾ ਯੂਥ ਵਾਸਤੇ ਕੈਂਡੀਡੇਟ ਚੁਣਨ ਜਿਹੜੇ ਲੋਕ ਵੋਟ ਨਹੀਂ ਪਾਉਂਦੇ ਉਹਨਾਂ ਵਾਸਤੇ ਤੁਸੀਂ ਕੀ ਕਹੋਗੇ ਉਹਨਾਂ ਵਾਸਤੇ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਆਪਦਾ ਵੋਟ ਪਾਓ ਵੋਟ ਖਰਾਬ ਨਾ ਹੀ ਕਰੋ ਤਾਂ ਵਧੀਆ ਗੱਲ ਆ ਵੋਟ ਪਾਉਣ 'ਚ ਪੈਂਦੇ ਜਾਈ ਜਾਂਦਾ ਸਾਡੇ ਕਈ ਕਮਰਿਆਂ ਦੇ ਵਿੱਚ ਸੋ ਇਹ ਬੜਾ ਮੰਦਭਾਗੀ ਗੱਲ ਹੈ ਔਰ ਮੈਂ ਇਸ ਵਾਰਡ 'ਚੋਂ ਇਸ ਤਰ੍ਹਾਂ ਦੀ ਪ੍ਰੋਬਲਮ ਆਈ ਹੈ ਸਰ ਇੱਕ ਤਾਂ ਇੱਥੋਂ ਹੀ ਆਈ ਹੈ ਜੀ ਜਿਹੜਾ ਸਾਡੇ ਵਾਰਡ ਦੇ ਵਿੱਚ ਖੜੇ ਆ ਇੱਥੇ ਸਾਈਕਲ 43 ਨੰਬਰ 'ਚ ਰੌਲਾ ਪਿਆ ਫਿਰਦਾ 44 ਨੰਬਰ 'ਚ ਰੌਲਾ ਪਿਆ ਫਿਰਦਾ ਤੇ 14 ਨੰਬਰ 'ਚ ਉਧਰ ਰੌਲਾ ਪਿਆ ਫਿਰਦਾ ਕਿਸ ਤਰ੍ਹਾਂ ਦਾ ਮਾਹੌਲ ਹੈ ਉਸ ਵਾਰਡਾਂ 'ਚ ਮਾਹੌਲ ਦੇਖੋ ਜੀ ਜੇ ਤਾਂ ਇਦਾਂ ਕੰਮ ਰਿਹਾ ਤਾਂ ਬਿਲਕੁਲ ਰੌਲਾ ਪਊਗਾ ਇਹਨਾਂ ਦੀ ਜਿਹੜੀ ਮੰਸ਼ਾ ਹੈ ਉਹ ਬੂਥ ਕੈਪਚਰਿੰਗ ਦੀ ਹੈ ਇਸ ਤੋਂ ਬਾਅਦ ਜਿਹੜੀ ਇੰਨੀ ਫੋਰਸ ਲੈ ਕੇ ਲਾ ਰਹੇ ਆ ਜਿਹੜੇ ਨਾਲ ਇੰਨੀ ਜਨਤਾ ਆਵਾਮ ਬਾਹਰੋਂ ਬਾਹਰਲੇ ਮੁੰਡੇ ਦੇਖੋ ਬਾਕਸਰ ਬਾਹਰਲੇ ਪੂਰਾ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਲੈ ਕੇ ਆਇਆ ਕੀ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ ਮੈਸੇਜ ਤਾਂ ਮੈਂ ਦੇਣਾ ਚਾਹੁੰਦਾ ਜੀ ਪ੍ਰਸ਼ਾਸਨ ਨੂੰ ਸਰਕਾਰਾਂ ਤਾਂ ਆਉਣੀਆਂ ਜਾਂਦੀਆਂ ਦੇਖੋ ਕਾਂਗਰਸ ਦੀ ਸਰਕਾਰ ਹੈ ਤੇ 6 ਮਹੀਨੇ ਰਹਿ ਗਏ ਆ ਸਰਕਾਰ ਤਾਂ ਪਤਾ ਨਹੀਂ ਕਿਹਦੀ ਆਉਣੀ ਹੈ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਫੇਅਰ ਇਲੈਕਸ਼ਨ ਸਰ ਜਿਹੜਾ ਇਲੈਕਸ਼ਨ ਪ੍ਰੋਸੈਸ ਆ ਹੁਣ ਤੱਕ ਪੀਸਫੁਲੀ ਆ ਜਾਂ ਕਿਸੇ ਤਰ੍ਹਾਂ ਦੀ ਕੋਈ ਘਟਨਾ ਕਿਤੇ ਵਾਪਰੀ ਹੈ ਕਿਸ ਤਰ੍ਹਾਂ ਦੀ ਸ਼ਿਕਾਇਤਾਂ ਆ ਰਹੀਆਂ ਜੇ ਆ ਰਹੀਆਂ ਅਜੇ ਤੱਕ ਜਿਹੜੀ ਹੈਗੀ ਆ ਕੋਈ ਰਜਿਸਟਰਡ ਕੰਪਲੇਂਟ ਪੁਲਿਸ ਸਟੇਸ਼ਨ ਦੋਨਾਂ ਦੇ ਵਿੱਚ ਨਹੀਂ ਸਾਨੂੰ ਰਸੀਵ ਹੋਈ ਜਿਹੜੀਆਂ ਕੰਪਲੇਂਟਸ ਆ ਰਹੀਆਂ ਉਹ ਨਾਰਮਲ ਇੱਕ ਦੂਜੇ ਜਿਵੇਂ ਕੈਂਡੀਡੇਟ ਲਾਉਂਦੇ ਹੈਗੇ ਆ ਵੀ ਇਹ ਕੋਈ ਅੰਦਰ ਜਾ ਰਿਹਾ ਜੀ ਬਾਹਰ ਜਾ ਰਿਹਾ ਜੇ ਕੋਈ ਮਤਲਬ ਜੇ ਜਦੋਂ ਵੈਰੀਫਾਈ ਕਰਦੇ ਆ ਤਾਂ ਉਹ ਬੋਗਸ ਆਰ ਫੇਕ ਨਿਕਲਦੇ ਆ ਪੋਲਿੰਗ ਬੂਥਾਂ ਤੇ ਪੁਲਿਸ ਤਾਂ ਲੱਗੀ ਹੋਈ ਹੈ ਜਿਹੜੀ ਪੈਟਰੋਲਿੰਗ ਪਾਰਟੀਆਂ ਆ ਉਹ ਕਿਸ ਤਰ੍ਹਾਂ ਦਾ ਯੋਗਦਾਨ ਆ ਪੈਟਰੋਲਿੰਗ ਪਾਰਟੀਆਂ ਇੱਥੇ ਜਿਹੜੀਆਂ ਹੈਗੀਆਂ ਲੱਗੀਆਂ ਆਪਣੇ 17 ਪੈਟਰੋਲਿੰਗ ਪਾਰਟੀਆਂ ਲੱਗੀਆਂ ਨੇ ਔਰ 39 ਜਿਹੜੇ ਆ ਪੁਲਿਸ ਨਾਕਾ ਇੰਸਟਾਲ ਕੀਤੇ ਗਏ ਉਹ ਬਕਾਇਦਾ ਚੈਕਿੰਗ ਉਹਨਾਂ ਦੀ ਹੁੰਦੀ ਆ ਤਾਂ ਕਿ ਕੋਈ ਵੈਪਨ ਜਾਂ ਕੋਈ ਹੋਰ ਇਲੀਗਲ ਹਥਿਆਰ ਲੈ ਕੇ ਬੰਦਾ ਨਾ ਘੁੰਮ ਸਕੇ ਜਾਂ ਇਲੀਗਲ ਲੋਕਾਂ ਨੂੰ ਕੋਈ ਸੁਨੇਹਾ 4 ਵਜੇ ਤੱਕ ਇਹ ਹੀ ਹੈ ਸੁਨੇਹਾ ਵੀ ਆਪ ਨਿਰਪੈ ਹੋ ਕੇ ਬਗੈਰ ਕਿਸੇ ਡਰ ਤੋਂ ਵੋਟ ਪਾਓ ਔਰ ਸ਼ਾਂਤੀਪੂਰਵਕ ਸਰ ਅਜੇ ਤੱਕ ਕੋਈ ਘਟਨਾ ਤਾਂ ਨਹੀਂ ਵਾਪਰੀ ਜੀ ਨਹੀਂ ਅਜੇ ਤੱਕ ਕੋਈ ਸਾਡੇ ਕੋਲ ਕੰਪਲੇਂਟ ਨਹੀਂ ਆਈ ਥਾਣੇ ਦੇ ਵਿੱਚ ਰਜਿਸਟਰਡ ਕੰਪਲੇਂਟ ਹੋਈ